ਨੌਜਵਾਨ ਆਗੂ ਭਾਨਾ ਸਿੱਧੂ ਦੀ ਗ੍ਰਿਫਤਾਰੀ ਦੇ ਵਿਰੋਧ ਦੇ ਵਿੱਚ ਅੱਜ ਫਿਰ ਪੰਜਾਬ ਦੀਆਂ ਉਹਨਾਂ ਤਮਾਮ ਜਥੇਬੰਦੀਆਂ ਨੇ ਹੋਕਾ ਦਿੱਤਾ ਸੀ ਕਿ ਸੰਗਰੂਰ ਪਹੁੰਚਣਾ ਔਰ ਸਰਕਾਰ ਦੇ ਖਿਲਾਫ ਸੰਘਰਸ਼ ਕਰਨਾ ਕਿ ਧੱਕੇਸ਼ਾਹੀ ਬੰਦ ਕਰੋ। ਲੇਕਿਨ ਬੀਤੀ ਰਾਤ ਤੋਂ ਹੀ ਪੰਜਾਬ ਸਰਕਾਰ ਨੇ, ਖਾਸ ਕਰਕੇ ਪੰਜਾਬ ਪੁਲਿਸ ਨੇ, ਜਿਹੜੇ ਵੀ ਪਹੁੰਚਣ ਵਾਲੇ ਕਦਵਰ ਆਗੂ ਸੀ ਉਹਨਾਂ ਨੂੰ ਹਾਊਸ ਅਰੈਸਟ ਕਰ ਲਿਆ, ਪੱਤਰਕਾਰਾਂ ਨੂੰ ਅਰੈਸਟ ਕਰ ਲਿਆ, ਲੀਡਰਾਂ ਨੂੰ ਅਰੈਸਟ ਕਰ ਲਿਆ, ਕਿਸਾਨ ਆਗੂਆਂ ਨੂੰ ਅਰੈਸਟ ਕਰ ਲਿਆ। ਅਤੇ ਇਸੇ ਦੌਰਾਨ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਨੂੰ ਵੀ ਹਾਊਸ ਅਰੈਸਟ ਕਰ ਲਿਆ। ਇਸ ਮਸਲੇ ਦੇ ਵਿੱਚ ਅਸੀਂ ਸੂਬੇ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦੇ ਨਾਲ ਗੱਲਬਾਤ ਕੀਤੀ ਆ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਅੰਦਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਐਮਰਜੈਂਸੀ ਵਰਗੇ ਹਾਲਾਤ ਬਣਾ ਦਿੱਤੇ ਨੇ। ਪੂਰੀ ਵਾਰਤਾਲਾਪ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਨੀ ਸਾਹਿਬ। ਜਿਹੜੇ ਅੱਜ ਸਰਕਾਰ ਵੱਲੋਂ ਕੀਤਾ ਜਾ ਰਿਹਾ ਕਿ ਉਹ ਭਾਨਾ ਸਿੱਧੂ ਦੇ ਕੇਸ 'ਚ ਤੁਸੀਂ ਵੀ ਘਰੋਂ ਨਿਕਲੇ ਅਤੇ ਤੁਹਾਨੂੰ ਵੀ ਚਰਚਾ ਕਿ ਹਾਊਸ ਅਰੈਸਟ ਕਰ ਲਿਆ ਗਿਆ, ਸਰਕਾਰ ਦੇ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਸੀਂ ਵੀ ਰਾਜ ਕੀਤਾ, ਤੁਹਾਡੀ ਸਰਕਾਰ ਰਹੀ ਆ, ਅਜਿਹਾ ਪਹਿਲਾਂ ਵੀ ਹੁੰਦਾ ਰਿਹਾ ਚਾਹੇ ਸੂਬੇ 'ਚ ਅਕਾਲੀ ਦਲ ਦੀ ਸਰਕਾਰ ਜਾਂ ਕਾਂਗਰਸ ਪਾਰਟੀ ਦੀ ਸਰਕਾਰ ਜਾਂ ਤੁਹਾਨੂੰ ਬਤੌਰ ਮੁੱਖ ਮੰਤਰੀ ਕੰਮ ਕਰਨ ਦਾ ਮੌਕਾ ਮਿਲਿਆ? ਇੱਦਾਂ ਕਿ ਪੰਜਾਬ ਦੇ ਵਿੱਚ ਐਮਰਜੈਂਸੀ ਵਾਲੇ ਹਾਲਾਤ ਬਣਾ ਦਿੱਤੇ ਇਹਨਾਂ ਨੇ ਜੀ, ਤੇ ਇਹੀ ਭਾਨਾ ਸਿੱਧੂ ਨੇ ਮੈਨੂੰ ਵੀ ਰੋਕਿਆ ਸੀ ਜਦੋਂ ਮੈਂ ਮੁੱਖ ਮੰਤਰੀ ਸੀ ਜੀ। ਲੇਕਿਨ ਮੈਂ ਤਾਂ ਕੋਈ ਇਹੋ ਜਿਹੀ ਕਾਰਵਾਈ ਨਹੀਂ ਕੀਤੀ ਜੀ। ਇਸ ਮੁੱਖ ਮੰਤਰੀ ਨੇ, ਇਹਦੀ ਪਾਰਟੀ ਨੇ ਕਿੰਨੀ ਵਾਰ ਸਾਡੇ ਖਿਲਾਫ ਮੁਜ਼ਾਹਰੇ ਕੀਤੇ ਤੇ ਪ੍ਰੋਟੈਸਟ ਕੀਤੇ, ਅਸੀਂ ਕਦੇ ਇਹਨਾਂ ਤੇ ਕੋਈ ਏਦਾਂ ਦੀ ਕਾਰਵਾਈ ਨਹੀਂ ਕੀਤੀ ਜੀ। ਇਹ ਤਾਂ ਹੁਣ ਧੱਕੇਸ਼ਾਹੀ ਦੇ ਨਾਲ ਪੰਜਾਬ ਦੇ ਹਾਲਾਤ ਆਪ ਖਰਾਬ ਕਰ ਰਿਹਾ ਮੁੱਖ ਮੰਤਰੀ ਜੀ। ਇਹ ਕੋਈ ਤਰੀਕਾ ਨਹੀਂ ਹੈ। ਤੁਸੀਂ ਦੇਖੋ, ਮੈਂ ਸਵੇਰੇ ਖਰੜ ਤੋਂ ਚੱਲਿਆ, ਸਾਰੇ ਚੌਂਕਾਂ ਤੇ ਮੇਰੇ ਅੱਗੇ ਪਿੱਛੇ ਪੁਲਿਸ ਲਗਾ ਦਿੱਤੀ ਹੈ ਜੀ। ਕਦੇ ਕਿਸੇ ਚੌਂਕ ਪਰ ਰੋਕ ਲੈਣ, ਕਦੇ ਕਿਸੇ ਵਿੱਚ। ਮੈਂ ਮਰਿੰਡੇ ਰੁਕਣਾ ਸੀ ਤਾਂ ਇੱਥੇ ਹੁਣ ਦੋ DSP ਤੇ SHO ਮੇਰੇ ਪਾਸ ਅੰਦਰ ਬੈਠੇ ਹੈ ਤੇ ਬਾਹਰ ਸਾਰੀ ਪੁਲਿਸ ਲੱਗੀ ਵੀ ਹੈ ਤੇ ਮੈਨੂੰ ਉਹਨਾਂ ਨੇ ਆਫੀਸ਼ਲੀ ਕਹਿਤਾ ਕਿ ਤੁਹਾਨੂੰ ਹਾਊਸ ਅਰੈਸਟ ਕਰ ਲਿਆ ਸੀ ਜੀ। ਤੇ ਇਹ ਕੋਈ ਤਰੀਕਾ ਥੋੜ੍ਹਾ ਹੈ ਜਮਹੂਰੀਅਤ ਦਾ ਜੀ? ਤੇ ਮੁੱਖ ਮੰਤਰੀ ਨੂੰ ਇਹ ਸਮਝ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਪੰਜਾਬ ਨੂੰ ਦਬਾਇਆ ਨਹੀਂ ਜਾ ਸਕਦਾ। ਜਿਸ ਤਰੀਕੇ ਦੇ ਨਾਲ ਅੱਜ ਚੌਂਕਾਂ ਦੇ ਵਿੱਚ ਸੰਗਰੂਰ ਦੇ ਜਾਣ ਵਾਲੇ ਨੌਜਵਾਨਾਂ ਨੂੰ ਕੁੱਟਿਆ ਜਾ ਰਿਹਾ ਜੀ, ਇਹ ਹਾਲਾਤ ਜਿਹੜੇ ਹੈ ਪੰਜਾਬ ਦੇ ਮੁੱਖ ਮੰਤਰੀ ਆਪ ਖਰਾਬ ਕਰ ਰਿਹਾ ਜੀ। ਦਿੱਲੀ ਦੇ ਕਾਲੇ ਅੰਗਰੇਜ਼ਾਂ ਦੇ ਕਹਿਣ ਤੇ ਕਰ ਰਿਹਾ ਜੀ, ਔਰ ਇਹ ਦਿੱਲੀ ਦਾ ਹੱਥ ਠੋਕਾ ਬਣਿਆ ਹੋਇਆ। ਆਪਣੇ ਇਹਨੂੰ ਕੋਈ ਸਮਝ ਨਹੀਂ ਜੀ। ਇਹ ਰੱਜ ਕੇ ਫੈਸਲੇ ਲੈਂਦੇ ਹੈ ਜਿਹੜੇ ਕਿ ਪੰਜਾਬ ਦੇ ਉਲਟ ਹੈ। ਇਹ ਮੈਂ ਇਹਦੀ ਗੱਲ ਦੀ ਨਿੰਦਿਆ ਕਰਦਾ, ਪਰ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਸ਼ਾਂਤਮਈ ਪ੍ਰੋਟੈਸਟ ਕਰੋ, ਕਿਸੇ ਤਰ੍ਹਾਂ ਦੀ ਕੋਈ ਉਲੜਬਾਜ਼ੀ ਜਾਂ ਕੋਈ ਗਲਤ ਹਰਕਤ ਨਹੀਂ ਕਰਨੀ। ਇਹ ਸਰਕਾਰ ਨੂੰ ਕਰਨ ਤੋਂ ਜਾਤੀਆਂ ਜਿੰਨੇ ਦੇ ਸਾਡੇ ਦੇ ਕਰਦੀਆਂ, ਇਹਨਾਂ ਦੀ ਜਾਤੀਆਂ ਦਾ ਜਵਾਬ ਹੈ ਜਿਹੜਾ ਆਪਾਂ ਨੇ ਸ਼ਾਂਤਮਈ ਤਰੀਕੇ ਨਾਲ ਦੇਣਾ। ਪਰ ਤੁਹਾਨੂੰ ਲੱਗਦਾ ਕਿ ਚੰਨੀ ਸਾਹਿਬ ਕਿ ਇਹ ਜਿਹੜੀ ਆਮ ਆਦਮੀ ਪਾਰਟੀ, ਆਪ ਧਰਨਿਆਂ 'ਚੋਂ ਨਿਕਲੀ ਪਾਰਟੀ, ਬੀਤੇ ਦਿਨ ਵੀ ਆਮ ਆਦਮੀ ਪਾਰਟੀ ਨੇ BJP ਦੇ ਦਫ਼ਤਰ ਦੇ ਸਾਹਮਣੇ ਧਰਨਾ ਦੇਣ ਦੀ ਕੋਸ਼ਿਸ਼ ਕੀਤੀ ਦਿੱਲੀ ਦੇ ਵਿੱਚ? ਦੇਖੋ, ਇਹਨਾਂ ਨੇ ਇੰਨੀ ਦੇਰ ਲੰਬਾ ਧਰਨਾ ਚਲਾਇਆ ਸੀ, ਕਾਂਗਰਸ ਨੇ ਕਦੇ ਨਹੀਂ ਚੱਕਿਆ ਇਹਨਾਂ ਨੂੰ ਜੀ। ਪੰਜਾਬ ਦੇ ਵਿੱਚ ਕਿੰਨੇ ਮੇਰੇ ਖਿਲਾਫ ਮੁਜ਼ਾਹਰੇ ਹੋਏ ਜੀ, ਮੇਰੇ ਕਿੰਨੇ ਰਸਤੇ ਰੋਕੇ ਜੀ, ਇੱਥੇ ਤੱਕ ਕਿ ਪ੍ਰਧਾਨ ਮੰਤਰੀ ਆਇਆ ਜੀ, ਉਹਦੇ ਰਸਤੇ ਵਿੱਚ ਕਿਸਾਨ ਬੈਠ ਗਏ ਜੀ। ਲੇਕਿਨ ਮੈਂ ਡਾਂਗ ਨਹੀਂ ਚਲਾਈ ਜੀ, ਮੈਂ ਗੋਲੀ ਨਹੀਂ ਚੱਲਣ ਦਿੱਤੀ ਜੀ, ਮੈਂ ਉਹਨਾਂ ਨੂੰ ਪਿਆਰ ਦੇ ਨਾਲ ਠਾੜਿਆ ਜੀ। ਤੇ ਇਹ ਆਪਣੇ ਲੋਕਾਂ ਤੇ ਧੱਕਾ ਕਰਨ ਲੱਗਿਆ ਹੋਇਆ ਜੀ। ਤੁਹਾਨੂੰ ਲੱਗਦਾ ਕਿ ਗਲਤ ਹੈ ਜੀ? ਤੁਹਾਨੂੰ ਲੱਗਦਾ ਕਿ ਜਿਹੜੀ ਜਮਹੂਰੀਅਤ ਦਾ ਜਿਹਨੂੰ ਕਹਿੰਦੇ ਨੇ ਲੋਕਤੰਤਰ, ਇਹ ਲੋਕਤੰਤਰ ਦੇ ਕਦਰਾਂ ਕੀਮਤਾਂ ਦੇ ਉਲਟ ਲੱਗ ਰਿਹਾ ਤੁਹਾਨੂੰ ਸਰਕਾਰ ਦੇ ਫੈਸਲੇ?
ਕਿਹੜਾ ਲੋਕਤੰਤਰ ਰਹਿ ਗਈ, ਕਿਹੜੀ ਜਮਹੂਰੀਅਤ ਰਹਿ ਗਈ ਪੰਜਾਬ ਦੇ ਵਿੱਚ? ਡਿਕਟੇਟਰਸ਼ਿਪ ਹੋ ਗਈ ਆ, ਪਾਕਿਸਤਾਨ ਵਰਗੇ ਹਾਲਾਤ ਪੈਦਾ ਕਰਦੇ ਆ, ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰਦੇ, ਜਿਹੜਾ ਪੱਤਰਕਾਰ ਬੋਲਦਾ ਉਹਨੂੰ ਠੋਕ ਦਿੰਦੇ ਆ, ਜਿਹੜਾ ਰਾਜਨੀਤਿਕ ਨੇਤਾ ਬੋਲਦਾ ਉਹਨੂੰ ਠੋਕ ਦਿੰਦੇ, ਜਿਹੜਾ ਕੋਈ ਨੌਜਵਾਨ ਬੋਲਦਾ ਉਹਨੂੰ ਠੋਕ ਦਿੰਦੇ ਆ। ਪਰਚੇ 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 ਪਰਚੇ, ਕਿੰਨੇ ਕੁ ਪਰਚੇ ਕਰਨਗੇ ਜੀ? ਆਖਿਰ ਇਸ ਤਰ੍ਹਾਂ ਪੰਜਾਬੀਆਂ ਨੂੰ ਦਵਾਇਆ ਜਾ ਸਕਦਾ ਜੀ? ਪੰਜਾਬੀ ਤਾਂ ਉਹ ਕੌਮ ਹੈ ਜਿਹਨੇ ਆਜ਼ਾਦੀ ਦਵਾਈ ਦੇਸ਼ ਨੂੰ ਜੀ, ਇਹਨਾਂ ਤੋਂ ਆਜ਼ਾਦੀ ਲੈਣੀ ਕਿੰਨੀ ਔਖੀ ਹੈ ਪੰਜਾਬੀਆਂ ਨੂੰ। ਨਹੀਂ ਨਹੀਂ ਉਹ ਕਹਿ ਰਹੇ ਕਿ ਅਸੀਂ ਭਗਤ ਸਿੰਘ ਦੀ ਸੋਚ ਤੇ ਬਾਬਾ ਸਾਹਿਬ ਦੀ ਸੋਚ ਤੇ ਅਸੀਂ ਸਰਕਾਰ ਚਲਾ ਰਹੇ ਜੀ। ਇਹ ਦੇਖੋ, ਪਹਿਲਾਂ ਜਦੋਂ ਇਹਨਾਂ ਦੀ ਸਰਕਾਰ ਨਹੀਂ ਬਣੀ ਸੀ, ਇਹ ਭਗਤ ਦੀ ਸੋਚ ਦੀਆਂ ਗੱਲਾਂ ਕਰਦੇ ਸੀ ਜੀ, ਜੋ ਭਗਤ ਸਿੰਘ ਕਰਨਾ ਚਾਹੁੰਦਾ ਸੀ ਜੀ, ਤੇ ਹੁਣ ਇਹ ਉਹ ਗੱਲਾਂ ਕਰਦੇ ਜੋ ਭਗਤ ਸਿੰਘ ਦੇ ਨਾਲ ਅੰਗਰੇਜ਼ਾਂ ਨੇ ਕੀਤਾ ਜੀ। ਹੈ ਭਗਤ ਸਿੰਘ ਦੇ ਦੁਆਲੇ ਹੀ ਘੁੰਮ ਰਹੇ ਹੈ ਜੀ, ਹੁਣ ਉਹ ਕਰ ਰਹੇ ਜੋ ਅੰਗਰੇਜ਼ ਭਗਤ ਸਿੰਘ ਦੇ ਨਾਲ ਕਰਦੇ ਸੀ ਜੀ। ਸੋਚ ਪਹਿਲਾਂ ਇਹ ਸੋਚ ਦੀਆਂ ਗੱਲਾਂ ਕਰਦੇ ਸੀ ਜੋ ਭਗਤ ਸਿੰਘ ਕਹਿਣਾ ਚਾਹੁੰਦਾ। ਤਾਂ ਲੱਗਦਾ ਕਿ ਇਸ ਮਸਲੇ ਦੇ ਵਿੱਚ ਸੂਬੇ ਦੀਆਂ ਜਿੰਨੀਆਂ ਵੀ ਵਿਰੋਧੀ ਧਿਰ ਪਾਰਟੀਆਂ ਨੇ ਉਹਨਾਂ ਨੂੰ ਇੱਕ ਮੰਚ ਤੇ ਆਉਣਾ ਚਾਹੀਦਾ ਜੀ। ਦੇਖੋ ਇਹ ਤਾਂ ਹੁਣ ਆਪਣੀ ਆਪਣੀ ਸੋਚ ਹੈ ਹਰ ਕਿਸੇ ਦੀ ਜੀ, ਲੇਕਿਨ ਅੱਜ ਹਾਲਾਤ ਇਹ ਹੈ ਕਿ ਆਪਣੇ ਜਾਤੀ ਮਫਾਦਾਂ ਨੂੰ ਛੱਡ ਕੇ ਉਸ ਤੋਂ ਉੱਪਰ ਉੱਠਣਾ ਚਾਹੀਦਾ ਜੀ। ਮੈਂ ਅੱਜ ਇਹ ਜਿਹੜਾ ਆਮ ਲੋਕਾਂ ਨੇ ਜਾਂ ਜਥੇਬੰਦੀਆਂ ਨੇ ਧਰਨੇ ਦਾ ਐਲਾਨ ਕੀਤਾ ਉਹਦਾ ਸਮਰਥਨ ਕੀਤਾ ਜੀ। ਮੈਂ ਪਾਰਟੀਬਾਜ਼ੀ ਜਾਂ ਆਪਣੀਆਂ ਵਿਰੋਧਤਾਵਾਂ ਜਾਂ ਆਪਣੇ ਜਾਤੀ ਹਿੱਤਾਂ ਨੂੰ ਛੱਡ ਕੇ ਉਸ ਤੋਂ ਉੱਪਰ ਉੱਠ ਕੇ ਕੀਤਾ ਜੀ, ਤੇ ਮੈਂ ਹਰ ਉਸ ਨੌਜਵਾਨ ਦੇ ਨਾਲ ਪੰਜਾਬ ਦੇ ਨਾਲ ਖੜਾ ਜਿਹਦੇ ਨਾਲ ਧੱਕਾ ਹੋਏਗਾ, ਚਾਹੇ ਉਹ ਭਾਨਾ ਸਿੱਧੂ ਹੈ ਚਾਹੇ ਕੋਈ ਹੋਰ ਹੈ। ਭਾਨਾ ਸਿੱਧੂ ਜੇ ਮਾੜਾ ਸੀ ਉਹਦੇ ਪਰ ਇੱਕ ਪਰਚਾ ਕਰਤਾ ਸੀ, ਲੇਕਿਨ ਦੂਸਰਾ ਪਰਚਾ, ਤੀਸਰਾ ਪਰਚਾ, ਚੌਥਾ ਪਰਚਾ, ਫਿਰ ਨੰਗਾ ਕਰਕੇ ਕੁੱਟਿਆ, ਉਹਦੇ ਬਿਜਲੀਆਂ ਲਗਾਈਆਂ, ਉਹਨੂੰ ਪਾਣੀ ਠੰਡੇ ਦੇ ਵਿੱਚ ਪਾਤਾ, ਉਹਨੂੰ ਅੱਜ ਟਾਈਫਾਇਡ ਹੋਇਆ ਹੋਇਆ ਜੀ। ਇਸ ਤਰ੍ਹਾਂ ਪੰਜਾਬ ਦੇ ਨੌਜਵਾਨ ਮਾਰਨੇ ਆ। ਅੱਛਾ ਜੀ, ਪਿਛਲੇ 2 ਮਹੀਨਿਆਂ 'ਚ 7 ਨੌਜਵਾਨ ਮਾਰ ਚੁੱਕੇ ਇਹ ਚੱਕ ਚੱਕ ਕੇ ਗੈਂਗਸਟਰਾਂ ਦਾ ਨਾਮ ਦੇ ਕੇ ਜੀ। ਅਗਰ ਚੰਨੀ ਸਾਹਿਬ ਸੁਗਰੂਰ ਚਲੇ ਜਾਂਦੇ ਹੈਗੇ ਤੇ ਸਰਕਾਰ ਨੂੰ ਕੀ ਹੋ ਜਾਂਦਾ ਜੀ? ਜਾਂ ਚੰਨੀ ਸਾਹਿਬ ਨੂੰ ਕੀ ਇੱਕ ਵੱਖਰੀ ਕਲਗੀ ਲੱਗ ਜਾਂਦੀ, ਕੀ ਸਮਝਦੇ ਹੋ? ਉਹ ਮੈਨੂੰ ਤਾਂ ਕਿਆ ਗੱਲ ਹੀ ਲੱਗਣੀ ਸੀ, ਇਹਨਾਂ ਨੂੰ ਆਪਣੇ ਲਾਲੇ ਪਏ ਹੋਏ ਹੈ ਕਿ ਪੰਜਾਬ ਦੇ ਲੋਕ ਉੱਠ ਕੇ ਇਹਨਾਂ ਦੇ ਖਿਲਾਫ ਖੜੇ ਹੋ ਗਏ ਜੀ, ਤੇ ਸਾਡੀ ਔਰ ਜਥੇਬੰਦੀਆਂ ਦੀ ਇੱਕ ਕੌਲ ਤੇ ਹਜ਼ਾਰਾਂ ਨੌਜਵਾਨ ਅੱਜ ਉੱਥੇ ਪਹੁੰਚਿਆ ਹੋਇਆ ਤੇ ਉਹਨਾਂ ਨੂੰ ਕੁੱਟ ਕੁੱਟ ਕੇ ਪਿੱਛੇ ਭੇਜ ਰਹੇ ਹੈ ਜੀ। ਤਾਂ ਇਹ ਸਰਕਾਰ ਹਰ ਗੱਲ ਦੇ ਵਿੱਚ ਇਨਸਿਕਿਉਰ ਹੋਈ ਹੋਈ ਹੈ, ਲੇਕਿਨ ਪੰਜਾਬ ਦਾ ਨੁਕਸਾਨ ਤੁਸੀਂ ਦੇਖੋ ਕਿ ਤਨਖਾਹ ਨਹੀਂ ਮਿਲ ਰਹੀ। 1 ਤਰੀਕ ਨੂੰ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਅੱਧੀ ਅੱਧੀ ਤਨਖਾਹ ਦਿੱਤੀ ਜੀ। ਸਵਾਲ ਬਹੁਤ ਸਾਰੇ ਖੜੇ ਹੋ ਰਹੇ ਨੇ ਕਿ ਇੱਕ ਪਾਸੇ ਚਰਨਜੀਤ ਸਿੰਘ ਚੰਨੀ ਹੁਣੀ ਕਹਿ ਰਹੇ ਨੇ ਕਿ ਇਹ ਪਾਰਟੀ ਜਿਹੜੀ ਖੁਦ ਧਰਨਿਆਂ ਚੋਂ ਨਿਕਲੀ, ਸਾਡੀ ਸਰਕਾਰ ਵੇਲੇ ਇਹਨਾਂ ਨੇ ਬਹੁਤ ਧਰਨੇ ਲਾਏ ਸੀ ਲੇਕਿਨ ਅਸੀਂ ਕਿਸੇ ਨੂੰ ਨਹੀਂ ਰੋਕਿਆ ਹੈਗਾ, ਬਾਬਾ ਸਾਹਿਬ ਦੇ ਫਲਸਫੇ ਨੂੰ ਲੈ ਕੇ ਚੱਲ ਰਹੇ ਨੇ, ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲ ਰਹੇ ਨੇ, ਲੇਕਿਨ ਅੱਜ ਪੰਜਾਬ ਦੀ ਜਨਤਾ ਨਾਲ ਉਹ ਹਾਲਾਤ ਉਹ ਵਤੀਰੇ ਦੇ ਨਾਲ ਸਰਕਾਰ ਪੇਸ਼ ਆ ਰਹੀ ਆ ਜੋ ਅੰਗਰੇਜ਼ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਨਾਲ ਕਰਦੇ ਰਹੇ ਨੇ। ਹੁਣ ਸਵਾਲ ਆ ਆਮ ਆਦਮੀ ਪਾਰਟੀ ਦੇ ਕਿ ਜਿਹੜੀ ਪਾਰਟੀ ਧਰਨਿਆਂ 'ਚੋਂ ਨਿਕਲੀ ਅਤੇ ਅੱਜ 2 ਸੂਬਿਆਂ ਦੇ ਵਿੱਚ ਸਰਕਾਰ ਆ, ਰਾਜਸਥਾਨ ਦੀਆਂ ਚੋਣਾਂ ਲੜੀਆਂ, ਵੱਖਰੀ ਗੱਲ ਹਾਰ ਗਏ, ਲੇਕਿਨ ਦਿੱਲੀ ਅਤੇ ਪੰਜਾਬ ਤੋਂ ਇਲਾਵਾ ਗੋਵਾ ਅਤੇ ਗੁਜਰਾਤ ਦੇ ਵਿੱਚ ਵੀ ਵਿਧਾਇਕ ਨੇ, ਅਤੇ ਫਿਰ ਇਸ ਪਾਰਟੀ ਜਿਹੜੀ ਪਾਰਟੀ ਧਰਨਿਆਂ 'ਚੋਂ ਨਿਕਲੀ ਆ ਉਹ ਅਗਰ ਲੋਕ ਧਰਨੇ ਲਾਉਂਦੇ ਨੇ ਅਤੇ ਸਰਕਾਰ ਨੂੰ ਫਿਰ ਕਾਹਦਾ ਖੌਫ? ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੈਂਦੇ ਆਗਿਆ, ਦੇਖਦੇ ਰਹੋ ABC ਪੰਜਾਬ। ਧੰਨਵਾਦ।